चैट वगैरह से कुछ कोई फोटो वगैरह अपलोड कर रहे हैं, सारे पूछते हैं कि अच्छा बड़ी सिस्टर है, अच्छा दिखा रहे थे, नहीं मेरी मम्मा है, कहते बड़े यंग है, बड़े तीन कुड़ियां मौजूद ने, उन्होंने मेनू कंफ्यूज कर दिता वा, शायद तुसी समझ सको, तीन कुड़ियां बैठिया ने और ट्विंस ते मैं सुनिया सी, लेकिन जो तीन कट्ठिया होंदिया ने ते उन्होंने पता नहीं की कहंदे, ट्रिपलेट्स ट्रिपलेट्स कहंदे ने, देखो मैं इन्ना कंफ्यूज हो गया, पता नहीं एक्साइटमेंट के मैनू शब्द ही भुलदे जा रहे ने। ते अच्छा तुहाडे च वड्डी कौन है, छोटी कौन है, या तुसी मतलब जुड़वा हो, की सीन आ? नहीं ऐसी मामा थी यहाँ से तीन, ये साडे मदर ने, ये तुहाडे मदर ने, ते ऐसी ट्विंस आ। हुण मैं ਭੈਣ ਕਿਹਨੂੰ ਕਵਾਂ ਤੇ ਆਂਟੀ ਕਿਹਨੂੰ ਕਵਾਂ, ਮੈਂ ਤਾਂ ਮੈਂ ਤੁਹਾਨੂੰ ਆਂਟੀ ਵੀ ਨਹੀਂ ਕਹਿ ਸਕਦਾ, ਇਹਨਾਂ ਨੂੰ ਤਾਂ ਮੈਂ ਭੈਣ ਕਹਿ ਲਿਆ, ਤੁਹਾਨੂੰ ਆਂਟੀ ਵੀ ਨਹੀਂ ਕਹਿ ਸਕਦਾ, ਕਿਉਂਕਿ ਆਂਟੀ ਕਿਹਾ ਤੇ ਬੀਬੀਆਂ ਨੇ ਬੁਰਾ ਮਨਾ ਜਾਂਦੀਆਂ ਨੇ, ਮਾਈਂਡ ਕਰ ਜਾਂਦੀਆਂ ਨੇ, ਨਹੀਂ ਸਾਨੂੰ ਤੇ ਜਿਸ ਤਰ੍ਹਾਂ ਬੁਲਾਓ ਉਸ ਤੇ ਖੁਸ਼ ਹੈਗੀਆਂ। ਤੇ ਆਂਟੀ ਜੀ ਤੁਹਾਡੀ ਕੀ ਇਹ ਆਪਣਾ ਛੋਟੀ ਉਮਰ ਚ ਵਿਆਹ ਹੋ ਗਿਆ ਸੀ? बिलकुल नहीं लग रहा, चौवी ते तुसी साढ़े चौवी के लग रहे। ਹੋਰ ਬੱਚੇ ਵੀ ਹੈਗੇ? ਹਾਂਜੀ ਬੇਟਾ, ਇੱਕ ਬੇਟਾ ਹੈ। ਅੱਛਾ ਬੇਟਾ, ਠੀਕ, ਦੋ ਬੇਟੀਆਂ ਇੱਕ ਬੇਟਾ, ਤਿੰਨ ਹੀ ਬੱਚੇ ਨੇ? ਹਾਂਜੀ। ਅੱਛਾ ਉਹ ਬੇਟਾ ਵੱਡਾ ਹੈ ਇਹਨਾਂ ਤੋਂ ਜਾਂ ਛੋਟਾ? ਛੋਟਾ। ਅੱਛਾ ਇਹਨਾਂ ਤੋਂ ਛੋਟਾ? ਛੋਟਾ ਹੈ, 8 ਸਾਲ ਛੋਟਾ। 8 ਸਾਲ ਛੋਟਾ ਵਾ, ਠੀਕ, ਤਾਂ ਟਵਿੰਸ ਨੇ, ਠੀਕ। ਕੀ ਰਾਜ਼ ਆ ਹੁਣ ਤਾਂ ਆਂਟੀ ਕਵਾਂ ਬਾਜੀ ਕਵਾਂ ਕਨਫਿਊਜ਼ ਹੋ ਰਿਹਾ, ਫਿਟਨੈਸ ਦਾ ਕੀ ਰਾਜ਼? ਜੋ ਦਿਲ ਕਰਦਾ ਤੁਸੀਂ ਉਹ ਬੁਲਾਓ। ਅੱਛਾ, ਤੇ ਕੀ ਰਾਜ਼ ਆ ਫਿਟਨੈਸ ਦਾ? ਪੰਜਾਬ ਦੀ ਮਿੱਟੀ ਔਰ ਪਿਆਰ। ਵਾਹ ਬਾਤ ਹੈ, ਜ਼ਬਰਦਸਤ। ਇਹ ਪਿਆਰ ਸਾਡੇ ਭਾਈ ਹੋਰਾਂ ਦਾ ਹੈ ਜਾਂ ਬੱਚਿਆਂ ਦਾ? ਫੈਮਿਲੀ ਸਭ ਦਾ। ਯਾਨੀ ਹਸਬੰਡ ਕੇਅਰਿੰਗ ਨੇ? ਕੇਅਰਿੰਗ ਤੇ ਹੈ, ਬਹੁਤ ਕੇਅਰਿੰਗ। ਅੱਛਾ, ਠੀਕ ਹੋ ਗਿਆ। ਲਵ ਮੈਰਿਜ ਇਸ ਨਹੀਂ ਰਹੀ, ਕੇਅਰਿੰਗ ਸਪੋਰਟਿਵ ਹਰ ਤਰ੍ਹਾਂ ਤੋਂ। ਅਰੇਂਜ ਮੈਰਿਜ ਮੈਂ ਕਿਹਾ ਸਮਝਣਾ ਕਿ ਜਿਹੜੀ ਕੇਅਰ ਹੁੰਦੀ ਹੈ ਉਹ ਲੌਂਗ ਟਰਮ ਲਈ ਹੁੰਦੀ ਹੈ। ਅਰੇਂਜ ਪਲੱਸ ਹੈ ਨਾ ਲਵ ਕਹਿ ਲਓ। ਸਾਡੀ ਸਾਲ ਅਸੀਂ ਰੁਕ ਰਹੇ ਹਾਂ ਇਕੱਠੇ, ਮਤਲਬ ਇੰਗੇਜਮੈਂਟ ਤੋਂ ਬਾਅਦ ਸਾਲ ਪੈ ਗਿਆ ਸੀ ਵਿਆਹ ਨੂੰ, ਅਤੇ ਮੋਸਟਲੀ ਸਾਡਾ ਕਾਫੀ ਮਿਲਣਾ ਜੁਲਣਾ ਹੁੰਦਾ ਰਿਹਾ, ਵੀ ਮੈਨੂੰ ਲੱਗਾ ਹੀ ਨਹੀਂ ਕਿ ਮੈਂ ਫਸਟ ਟਾਈਮ ਮਿਲ ਰਹੀ ਹਾਂ ਜਾਂ ਇੰਨਾ ਵੀ ਫੈਮਿਲੀ 'ਚ ਆਈ ਹਾਂ ਕਦੇ ਵੀ ਇੱਦਾਂ। ਅੱਛਾ ਅੱਛਾ, ਸਾਰੀ ਫੈਮਿਲੀ ਹੀ ਸਪੋਰਟਿਵ ਕੇਅਰ ਰਹੀ ਹੈ। ਠੀਕ ਹੋ ਗਿਆ। ਤੇ ਤੁਹਾਡੀ ਰੂਟੀਨ ਕੀ ਹੈ, ਕੀ ਕਰਦੇ? ਹਾਊਸ ਵਾਈਫ ਜਾਂ ਕੋਈ ਜੌਬ ਵਗੈਰਾ? ਹਾਊਸ ਵਾਈਫ। ਹਾਂਜੀ, ਘਰ ਦੇ ਕੰਮ ਸ਼ਾਮ ਖੂਬ ਕਰਦੇ? ਖਾਣਾ ਬਹੁਤ ਅੱਛਾ ਬਣਾਉਂਦੇ। ਅੱਛਾ, ਖਾਣਾ ਬਹੁਤ ਅੱਛਾ ਬਣਾਉਂਦੇ, ਕੀ ਬਾਤ ਹੈ। ਤੇ ਸਭ ਤੋਂ ਅੱਛਾ ਕੀ ਬਣਾਉਂਦੇ? ਸਾਰਾ ਕੁਝ ਅੱਛਾ ਬਣਾਉਂਦੇ। ਅੱਛਾ, ਨਹੀਂ ਕੋਈ ਖਾਸ ਡਿਸ਼ ਹੁੰਦੀ ਹੈ ਨਾ ਜਿੱਤੇ ਬੜੀ ਗ੍ਰਿਪ ਹੁੰਦੀ ਆ? ਮੈਂ ਸਾਊਥ ਇੰਡੀਅਨ ਬਹੁਤ ਅੱਛਾ ਬਣਾਉਂਦੇ, ਡੋਸਾ। ਸਾਊਥ ਇੰਡੀਅਨ ਕਿਹੜੇ ਹੁੰਦੇ ਆ? ਸਾਊਥ ਇੰਡੀਅਨ ਫੂਡ ਡੋਸਾ, ਇਡਲੀ। ਡੋਸਾ, ਇਡਲੀ, ਸਾਂਬਰ। ਅੱਛਾ ਅੱਛਾ, ਸਾਊਥ ਨੌਨ ਵੇਜ ਵੀ ਬਹੁਤ ਅੱਛਾ ਬਣਾਉਂਦੇ। ਬਣਾ ਲੈਂਦੀਆਂ। ਹਾਂ, ਅੱਛਾ ਬਣਾਉਂਦੇ। ਅੱਛਾ, ਤੁਸੀਂ ਨੌਨ ਵੇਜ? ਮੈਂ ਭੈਣ ਹਾਂ, ਨਾਲ ਬਿਠਾ ਲਿਆ ਤੇ ਮੈਂ ਕਿਹਾ ਸ਼ਾਇਦ ਤੁਸੀਂ ਭੈਣਾ ਹੋ। ਅੱਛਾ, ਤੁਸੀਂ ਦੱਸੋ, ਤੁਹਾਡੀ ਅੰਮੀ ਜੀ ਬਿਲਕੁਲ ਤੁਹਾਡੀ ਸਿਸਟਰ ਲੱਗ ਰਿਹਾ ਨੇ, ਬਲਕਿ ਤੁਸੀਂ ਦੱਸੋ, ਬੜਾ ਚੁੱਪ ਚੁੱਪ ਬੈਠੇ ਹੋ। ਤੇ ਤੁਹਾਡੀ ਮੰਮੀ ਜੀ ਜਿਹੜਾ ਨੇ ਤੁਹਾਡੀ ਸਿਸਟਰ ਲੱਗ ਰਿਹਾ ਨੇ, ਬੜੀ ਯੰਗ 'ਚ ਲੱਗ ਰਿਹਾ ਨੇ। ਇਹ ਮੈਨੂੰ ਹੀ ਇਸ ਤਰ੍ਹਾਂ ਜਿਹੜਾ ਕਨਫਿਊਜ਼ਨ ਹੋਇਆ ਜਾਂ ਹੋਰ ਲੋਕ ਵੀ ਹੋ ਜਾਂਦੇ? ਸਾਰਿਆਂ ਨੂੰ ਵੀ ਹੁੰਦਾ, ਸਾਰਿਆਂ ਨੂੰ ਚੈਟ ਕਰਦੇ ਸੀ, ਕੁਛ ਕੋਈ ਫੋਟੋ ਵਗੈਰਾ ਅਪਲੋਡ ਕਰਦੇ ਤਾਂ ਸਾਰੇ ਪੁੱਛਦੇ ਆ ਕਿ ਅੱਛਾ ਵੱਡੀ ਸਿਸਟਰ ਹੈ, ਅੱਛਾ ਦਿਖਾਏ ਤੇ, ਨਹੀਂ ਮੇਰੀ ਮੰਮਾ ਹੈ, ਕਹਿੰਦੇ ਬੜੇ ਯੰਗ ਹੈ, ਬੜੇ ਫਿਟ ਹੈ। ਕੀ ਸੀਕਰੇਟ ਹੈ, ਤੁਹਾਨੂੰ ਕੀ ਲੱਗਦਾ ਇਹਨਾਂ ਦੀ ਫਿਟਨੈਸ ਦਾ? ਸੀਕਰੇਟ ਇਹ ਹੈ, ਇਹਨਾਂ ਨੇ ਆਪਣੇ ਆਪ ਨੂੰ ਮੇਨਟੇਨ ਬਹੁਤ ਅੱਛੀ ਤਰ੍ਹਾਂ ਕੀਤਾ, ਦੈਨ ਸਾਰਾ ਟਾਈਮ
खुश रहेंगे साढ़े नाल खुशी जे चेहरे पर आएगी तो चेहरा अपने आप चमकता ही है फैमिली तो माशाला बहुत प्यार है मैं थोड़ी जुबान बड़ी पसंद है बड़े खुश रहते और मेरी भैन दस रही कि उन्होंने मम्मी जी जे ने घर च भी बड़े खुश रहते हैं ये सारा क्रैडिट जोड़ा वा वो मेरे भाजी को जाता वा इन्होंने हसबेंड जाता वा और एक मैसेज आ बाजी मेरे ख्याल मैसेज दे दवो तो अच्छा रहेगा कि अगर सारे हसबेंड इस तरह अपने बेमात का बीविया का ख्याल रखन तो वह बड़िया फिट रहनगिया और खूबसूरत भी लगनगिया तो मेरे ख्याल से बंदे फिर खराब भी नहीं होंगे खराब होने बेहतर है कि अपनी बेगम का ख्याल रख लें की कहोगे चलो जी इन्होंने मेरे ते छड़ दिता वा मैं तो यही कह रहा वा कि जनाब अपनी बराबर अपड़ गई बराबर लगन लग पी की वजह यानी तुहानू घर च केयर नहीं मिलती या फिर बहुत प्रेशर आ या तुसी अपनी केयर नहीं करते ਅਸੀਂ ਆਪਣੀ ਕੇਅਰ ਥੋੜੀ ਘੱਟ ਕਰਦੇ ਆ ਅੱਛਾ ਜਾਂ ਫਿਰ ਤੁਸੀਂ ਆਪਣੀ ਏਜ ਦੇ ਮੁਤਾਬਿਕ ਠੀਕ ਹੋ ਮੰਮੀ ਜੀ ਜ਼ਰਾ ਮੰਮਾ ਥੋੜੇ ਜ਼ਿਆਦਾ ਯੰਗ ਨੇ ਇਨਫੈਕਟ ਪਾਪਾ ਵੀ ਬਹੁਤ ਯੰਗ ਨੇ ਜਦੋਂ ਅਸੀਂ ਆਪਣੀ ਫਰੈਂਡਸ ਨੂੰ ਕੋਈ ਵੀ ਫੋਟੋ ਦਿਖਾਉਂਦੇ ਆ ਤੇ ਲੱਗਦਾ ਹੀ ਨਹੀਂ ਕਹਿੰਦੇ ਕਿ ਇਹ ਕੌਣ ਨੇ ਮੇਰੇ ਪੇਰੈਂਟਸ ਨੇ ਕਹਿੰਦੇ ਲੱਗਦੇ ਤਾਂ ਨਹੀਂ ਹੈ ਤੁਹਾਡੇ ਕੌਣ ਕਹਿੰਦਾ ਮੇਰੇ ਸਾਰੇ ਫਰੈਂਡਸ ਕਹਿੰਦੇ ਆ ਅੱਛਾ ਸਾਹਿਬ ਦੇ ਸਾਰੇ ਫਰੈਂਡਸ ਕਹਿੰਦੇ ਆ ਮਤਲਬ ਇਹਨਾਂ ਨੂੰ ਮੇਰੇ ਤਾਇਆ ਜੀ ਦੀ ਬੇਟੀ ਬਣਾਤਾ ਸੀ ਹਾਂ ਤਾਇਆ ਜੀ ਦੀ ਬੇਟੀ ਮੈਂ ਕਿ ਨਹੀਂ ਮੇਰੇ ਮੰਮਾ ਹੈ ਠੀਕ ਵੈਸੇ ਤੁਸੀਂ ਕਿਸੇ ਨੂੰ ਥੋੜਾ ਜਿਹਾ ਕੋਈ ਡਿਸੀਵ ਕਰਨਾ ਹੋਵੇ ਤਾਂ ਬੜੀ ਈਜ਼ੀਲੀ ਕਰ ਸਕਦੇ ਹੋ ਕਦੀ ਇੰਜ ਵੀ ਹੋ ਸਕਦਾ ਹੈ ਤੁਸੀਂ ਮਤਲਬ ਤੁਸੀਂ ਅਗਰ ਸਕੂਲ ਨਹੀਂ ਜਾਣਾ ਚਾਹ ਰਹੇ ਆਪਣੀ ਮਮਾ ਨੂੰ ਭੇਜ ਦਿੱਤਾ ਆਪਣੀ ਜਗ੍ਹਾ ਤੇ ਵਿਊਅਰਸ ਇਹ ਤਿੰਨ ਬੀਬੀਆਂ ਤਿੰਨ ਮੇਰੀਆਂ ਭੈਣਾਂ ਤੇ ਇੱਕ ਸੌਰੀ ਦੋ ਭੈਣਾਂ ਤੇ ਇੱਕ ਮੇਰੀ ਆਂਟੀ ਜੀ ਬੈਠੇ ਸੀ ਔਰ ਇਹਨਾਂ ਨਾਲ ਗੱਲਬਾਤ ਕਰ ਰਹੇ ਸਾਂ